ਦੋਸਤੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਗਿਲਜ ਮੈਂਟਰ ਈ-ਲਰਨਿੰਗ ਪਲੇਟਫਾਰਮ ਦੋਸਤੋ ਗਿਲਜ ਮੈਂਟਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਰਿਕਰੂਟਮੈਂਟ ਨਿਊਜ਼ ਦੋਸਤੋ ਜਿਹੜੀ ਵੀਡੀਓ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਦੋਸਤੋ ਸਾਡੀ ਜਿਹੜੀ ਗਿਲਜ 멘ਟਰ ਅਫੀਸ਼ੀਅਲ ਐਪ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬੋਕ ਚ ਮਿਲ ਜਾਏਗਾ ਦੋਸਤੋ ਉਹਨੂੰ ਡਾਊਨਲੋਡ ਕਰ ਲਓ ਇੰਸਟਾਲ ਕਰੋ ਆਪਦੇ ਮੋਬਾਈਲ ਤੇ ਤੇ ਦੋਸਤੋ ਆਉਣ ਵਾਲੇ ਜਿੰਨੇ ਵੀ ਪੰਜਾਬ ਦੇ ਐਗਜ਼ਾਮਸ ਹੈ ਜਾਂ ਫਿਰ ਜਿੰਨੀਆਂ ਵੀ ਵੈਕੈਂਸੀਆਂ ਆਊਟ ਹੋ ਚੁੱਕੀਆਂ ਨੇ ਉਹਨਾਂ ਤੇ ਬੇਸਡ ਕ੍ਰੈਸ਼ ਕੋਰਸ ਨੂੰ ਦੋਸਤੋ ਬਿਲਕੁਲ ਅ ਦੋਸਤੋ ਕਾਟ ਰੇਟਾਂ ਵਿੱਚ ਤੁਸੀਂ ਬਾਇ ਕਰ ਸਕਦੇ ਹੋ ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋ ਕਿ ਬਾਡ اٹੈਂਡੈਂਟ ਦੀਆਂ ਵੈਕੈਂਸੀਆਂ ਆਊਟ ਹੋਈਆਂ ਨੇ ਪੰਜਾਬ ਵਕਫ ਬੋਰਡ ਦੀਆਂ ਵੈਕੈਂਸੀਆਂ ਆਊਟ ਹੋਈਆਂ ਨੇ ਸਾਰਿਆਂ ਤੇ ਦੋਸਤੋ ਸਾਡੇ ਐਕਸਪੀਰੀਅੰਸ ਫੈਕਲਟੀ ਦੁਆਰਾ ਮਾਰਨਿੰਗ ਟੂ ਈਵਨਿੰਗ ਕਲਾਸਿਸ ਲਗਾਈਆਂ ਜਾਂਦੀਆਂ ਨੇ ਸਾਡੇ ਆਫੀਸ਼ੀਅਲ ਐਪ ਤੇ ਦੋਸਤੋ ਇਹਦੇ ਵਿੱਚ ਤੁਹਾਡੇ ਨੂੰ ਈਐਮਆਈ ਦੀ ਵੀ ਦੋਸਤੋ ਜਿਹੜੀ ਫੈਸਿਲਿਟੀ ਹੈ ਉਹ ਅਵੇਲੇਬਲ ਹੈ ਤੁਸੀਂ ਮਤਲਬ ਕਿ ਜੇਕਰ ਤੁਹਾਨੂੰ ਫਾਈਨੈਂਸ਼ੀਅਲੀ ਥੋੜੀ ਜੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਦੋਸਤੋ ਈਐਮਆਈ ਮਤਲਬ ਕਿ ਇਨਸਟਾਲਮੈਂਟ ਵਿੱਚ ਵੀ ਆਪਦੀ ਜਿਹੜੀ ਫੀਸ ਹੈ ਉਹ ਪੇ ਕਰ ਸਕਦੇ ਹੋ ਦੋਸਤੋ ਖਾਸ ਕਰਕੇ ਜਿਹੜਾ ਆਪਣੀ ਪੀਸੀਐਸ ਦਾ ਐਗਜ਼ਾਮ ਜਿਹੜਾ ਬਹੁਤੀ ਜਲਦੀ ਕੰਡਕਟ ਕਰਵਾਇਆ ਕਰਵਾਇਆ ਜਾਏਗਾ ਦੋਸਤੋ ਉਹਦੇ ਲਈ ਟੈਸਟ ਸੀਰੀਜ਼ ਅਵੇਲੇਬਲ ਹੈ ਸਾਡੇ ਐਪ ਤੇ ਬਹੁਤੀ ਘੱਟ ਰੇਟਾਂ ਵਿੱਚ ਤੁਸੀਂ ਜਾਓ ਤੇ ਜਾ ਕੇ ਜਲਦੀ ਤੋਂ ਜਲਦੀ ਬਾਏ ਕਰੋ ਤੇ ਆਪਦੀ ਸਿਲੈਕਸ਼ਨ ਨੂੰ ਪੱਕਾ ਕਰੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਊਸ਼ ਗੋਇਲ ਜੀ ਵੱਲੋਂ 15 ਦਸੰਬਰ ਤੋਂ ਬਾਅਦ ਤੁਹਾਡਾ NTPC RRB ਦੇ ਜਿਹੜੇ ਐਗਜ਼ਾਮ ਹੈ ਉਹ ਹੋ ਜਾਣਗੇ ਦੋਸਤੋ ਬਿਲਕੁਲ ਪੱਕੀ ਖਬਰ ਹੈ ਇਹ ਅਨਾਉਂਸਮੈਂਟ ਹੋ ਚੁੱਕੀ ਹੈ ਪਿਊਸ਼ ਗੋਇਲ ਜੀ ਨੇ ਜੇਕਰ ਤੁਹਾਨੂੰ ਨਹੀਂ ਪਤਾ ਦੋਸਤੋ ਉਹਦੇ ਰਿਲੇਟਿਡ ਵੀ NTPC ਦੇ ਰਿਗਾਰਡਿੰਗ ਵੀ ਜਿਹੜੀ ਟੈਸਟ ਸੀਰੀਜ਼ ਹੈ ਉਹ ਅਵੇਲੇਬਲ ਹੈ ਐਪ ਤੇ ਜਾਓ ਤੇ ਜਲਦੀ ਤੋਂ ਜਲਦੀ ਆਪਦੀ ਤਿਆਰੀ ਕਰੋ ਦੋਸਤੋ ਆਨਲਾਈਨ ਐਗਜ਼ਾਮ ਜਿਵੇਂ ਕਿ ਪੰਜਾਬ ਪਟਵਾਰੀ ਹੋ ਗਿਆ ਪੰਜਾਬ ਪੁਲਿਸ ਹੋ ਗਿਆ ਉਸ ਤੇ ਵੀ ਸਾਡੇ ਐਪ ਤੇ ਦੋਸਤੋ ਕ੍ਰੈਸ਼ ਕੋਰਸਸ ਲਾਂਚ ਕੀਤੇ ਗਏ ਹੈ ਦੋਸਤੋ ਵਾਕਫ ਬੋਰਡ ਦੇ ਰਿਗਾਰਡਿੰਗ ਜਿਹੜੀ ਉਰਦੂ ਲੈਂਗੁਏਜ ਦੀ ਸਾਰਿਆਂ ਨੂੰ ਪ੍ਰੋਬਲਮ ਆ ਰਹੀ ਹੈ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰ ਦੇਣਾ ਚਾਹਨਾ ਕਿ ਤੁਹਾਨੂੰ ਉਰਦੂ ਲੈਂਗੁਏਜ ਤੇ ਕੋਈ ਮਤਲਬ ਕਿ ਸਵਾਲ ਨਹੀਂ ਪੁੱਛੇ ਜਾਣੇ ਸਿਰਫ ਤੁਹਾਨੂੰ ਗ੍ਰਾਮਰ ਦੇ ਕੁਐਸਚਨ ਆਉਣਗੇ ਜਿਵੇਂ ਆਪਾਂ ਨੂੰ ਇੰਗਲਿਸ਼ ਤੇ ਪੰਜਾਬੀ ਗ੍ਰਾਮਰ ਦੇ ਕੁਐਸਚਨ ਪੁੱਛੇ ਜਾਂਦੇ ਆ ਤੁਸੀਂ ਉੱਥੇ ਉਰਦੂ ਲਿਖਣੀ ਨਹੀਂ ਹੈ ਤੇ ਦੋਸਤੋ ਸਾਡੇ ਜਿਹੜਾ ਕ੍ਰੈਸ਼ ਕੋਰਸ ਦੇ ਵਿੱਚ ਤੁਹਾਨੂੰ ਮੈਂ ਗਰੰਟੀ ਦਿੰਦਾ ਕਿ ਤੁਹਾਡੀ ਜਿਹੜੀ ਉਰਦੂ ਦੀ ਪ੍ਰੋਬਲਮ ਹੈ ਉਹ ਬਿਲਕੁਲ ਸੌਟ ਆਊਟ ਕਰ ਦਿੱਤੇ ਜਾਓਗੇ ਠੀਕ ਹੈ ਮਤਲਬ ਕਿ ਸਾਡੇ ਜਿੰਨੇ ਵੀ ਉਰਦੂ ਦੇ ਜਿਹੜੇ ਟੀਚਰਸ ਨੇ ਦੋਸਤੋ ਉਹ ਤੁਹਾਨੂੰ ਕ੍ਰੈਸ਼ ਕੋਰਸ ਤੇ ਚੰਗੀ ਤਰ੍ਹਾਂ ਤਿਆਰੀ ਕਰਵਾਣਗੇ ਠੀਕ ਹੈ ਦੋਸਤੋ ਤਾਂ ਬਿਲਕੁਲ ਵੀ ਘਬਰਾਣ ਦੀ ਲੋੜ ਨਹੀਂ ਹੈ ਬਿਨਾ ਟਾਈਮ ਵੇਸਟ ਕੀਤੇ ਤੁਸੀਂ ਜਲਦੀ ਤੋਂ ਜਲਦੀ ਇਸ ਇਹਨਾਂ ਕੋਰਸਸ ਨੂੰ ਬਾਏ ਕਰ ਲਓ ਕਿਉਂਕਿ ਦੋਸਤੋ ਸਾਡੇ ਇਹਨਾਂ ਕੋਰਸਸ ਤੇ ਹਲੇ ਆਫਰ ਚੱਲ ਰਹੀ ਹੈ ਠੀਕ ਹੈ 52 ਲੈ ਕੇ 80% ਤੱਕ ਦੋਸਤੋ ਆਫ ਹੈ ਤੁਹਾਡੀ ਰੇਟ ਇਨਾਂ ਕੋਰਸਸ ਤੇ ਇਸ ਤੋਂ ਬਾਅਦ ਜਿਹੜੇ ਇਹਦੇ ਰੇਟ ਹੈ ਉਹ ਵੱਧ ਜਾਣਗੇ ਠੀਕ ਹੈ ਤਾਂ ਚਲੋ ਦੋਸਤੋ ਅੱਜ ਦੀ ਜਿਹੜੀ ਰਿਕਰੂਟਮੈਂਟ ਨਿਊਜ਼ ਹੈ ਉਹਨੂੰ ਦੇਖਦੇ ਹਾਂ ਤੇ ਦੇਖਦੇ ਹਾਂ ਕਿ ਕਿਸ ਡਿਪਾਰਟਮੈਂਟ ਵਿੱਚ ਨਵੀਂ ਵੈਕੈਂਸੀ ਆਊਟ ਹੋਈ ਹੈ ਦੋਸਤੋ ਚੰਗੀ ਤਰ੍ਹਾਂ ਡਿਟੇਲ ਵਿੱਚ ਡਿਸਕਸ ਕਰਾਂਗਾ ਬਿਲਕੁਲ ਵੀਡੀਓ ਨੂੰ ਲਾਸਟ ਤੱਕ ਦੇਖਿਓ ਬਿਲਕੁਲ ਵੀ ਕਿਸੇ ਵੀ ਸਟੈਪ ਨੂੰ ਮਿਸ ਨਾ ਕਰਿਓ ਠੀਕ ਹੈ ਤੇ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਇੱਕ ਲਾਈਕ ਜਰੂਰ ਕਰ ਦਿਓ ਠੀਕ ਹੈ ਦੋਸਤੋ ਅੱਜ ਦੀ ਜਿਹੜੀ ਵੈਕੈਂਸੀ ਹੈ ਉਹ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਆਊਟ ਹੋਈ ਹੈ ਦੋਸਤੋ ਇਹਦੇ ਵਿੱਚ ਦੋਸਤੋ ਤੋਣੀਆਂ ਕਲਰਿਕ ਤੇ ਅਸਿਸਟੈਂਟ ਪ੍ਰੋਫੈਸਰ ਦੀਆਂ ਵੈਕੈਂਸੀਆਂ ਆਊਟ ਹੋਈਆਂ ਨੇ ਕੰਪਲੀਟ ਡਿਸਕਸ ਕਰਦੇ ਆਪਾਂ ਕਿੱਥੇ ਆਊਟ ਹੋਈਆਂ ਨੇ ਤੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਦੋਸਤੋ ਇਹਨਾਂ ਦੀ ਜਿਹੜੀ ਕੁਆਲਿਫੀਕੇਸ਼ਨਸ ਹੈ ਉਹ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਅਕੋਰਡਿੰਗ ਹੋਣਗੀਆਂ ਠੀਕ ਹੈ ਇਹਨਾਂ ਨੇ ਇੱਥੇ ਡਿਸਕਸ ਨਹੀਂ ਕੀਤਾ ਕੁਆਲਿਫੀਕੇਸ਼ਨ ਨੂੰ ਪਰ ਜੇਕਰ ਤੁਸੀਂ ਮੰਨ ਲਓ ਤੁਹਾਡੇ ਕੋਲ ਜੇਕਰ ਅਸਿਸਟੈਂਟ ਪ੍ਰੋਫੈਸਰ ਲਈ ਐਕਸਪੀਰੀਅੰਸ ਹੈ ਤਾਂ ਬਹੁਤ ਹੀ ਵਧੀਆ ਗੱਲ ਹੈ ਠੀਕ ਹੈ ਤੇ ਜੇਕਰ ਤੁਸੀਂ ਸਿੰਪਲ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਕਲਰਕ ਦੀ ਵੈਕੰਸੀ ਨੂੰ ਫਿਲ ਕਰ ਸਕਦੇ ਹੋ ਦੋਸਤੋ ਅ ਅਸਿਸਟੈਂਟ ਪ੍ਰੋਫੈਸਰ ਦੇ ਦੋਸਤੋ ਜਿਹੜੇ ਸਬਜੈਕਟ ਹੈ ਉਹਨਾਂ ਦੀ ਗੱਲ ਕਰਦੇ ਹਾਂ ਕਿ ਕਿਸ-ਕਿਸ ਸਬਜੈਕਟ ਦੇ ਪ੍ਰੋਫੈਸਰਸ ਦੀਆਂ ਪੜਤੀਆਂ ਹੋਣਗੀਆਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰੀਏ ਅੰਗਰੇਜ਼ੀ ਦੀਆਂ ਤਾਂ ਦੋ ਵੈਕੰਸੀਆਂ ਦੋਸਤੋ ਪੜੇ ਜਾਣੀਆਂ ਐ ਅੰਗਰੇਜ਼ੀ ਸਬਜੈਕਟ ਦੀਆਂ ਪੰਜਾਬੀ ਦੀਆਂ ਇੱਕ ਲੋਕ ਪ੍ਰਸ਼ਾਸਨ ਦੀ ਇੱਕ ਰਾਜਨੀਤੀ ਸ਼ਾਸਤਰ ਦੀ ਇੱਕ ਧਰਮ ਦੀ ਇੱਕ ਇਤਿਹਾਸ ਦੀ ਇੱਕ ਕਾਮਰਸ ਦੀ ਇੱਕ ਕੰਪਿਊਟਰ ਦੋਸਤੋ ਕੰਪਿਊਟਰ ਟੀਚਰ ਦੀ ਇੱਕ ਵੈਕੈਂਸੀ ਹੈ ਫਿਜ਼ਿਕਸ ਦੀ ਇੱਕ కెਮਿਸਟਰੀ ਦੀ ਇੱਕ ਤੇ ਆਪਣੇ ਕਲਰਕ ਦੀ ਇੱਕ ਵੈਕੈਂਸੀ ਹੈ ਦੋਸਤੋ ਜੇ ਸਿੰਪਲ ਤੁਸੀਂ ਗ੍ਰੈਜੂਏਟ ਹੋ ਤਾਂ ਤੁਸੀਂ ਕਲਰਕ ਦੀ ਵੈਕੈਂਸੀ ਜ਼ਰੂਰ ਨੂੰ ਫਿਲ ਕਰਿਓ ਤੁਸੀਂ ਦੋਸਤੋ ਨਾ ਤਾਂ ਕੋਈ ਫੀਸ ਪੇ ਕਰਨੀ ਹੈ ਠੀਕ ਹੈ ਦੋਸਤੋ 12 ਸਪਟੰਬਰ ਦੁਪਹਿਰ ਦੇ 3 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਦੋਸਤੋ ਕਾਲਜ ਵਿੱਚ ਆਉਦੇ ਜਿੰਨੇ ਵੀ ਐਸੈਂਸ਼ੀਅਲ ਕੁਆਲਿਫੀਕੇਸ਼ਨ ਹੈ ਤੁਹਾਡੀ ਜਿੰਨੇ ਵੀ ਹਾਇਰ ਤੋਂ ਹਾਇਰ ਕੁਆਲਿਫੀਕੇਸ਼ਨ ਦੇ ਜਿਹੜੇ ਸਰਟੀਫਿਕੇਟ ਹੈ ਉਹ 셀ਫ ਅਟੈਸਟਡ ਕੀਤੇ ਹੋਏ ਦੋਸਤੋ ਇਹਨਾਂ ਨੂੰ ਪਹੁੰਚਾਣੇ ਹੈ ਤੇ ਜੇਕਰ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਉਹ ਵੀ ਜ਼ਰੂਰ ਨਾਲ ਭੇਜੋ ਤਾਂ ਕਿ ਤੁਹਾਨੂੰ ਜ਼ਿਆਦਾ ਪ੍ਰੀਫਰੈਂਸ ਮਿਲੇ ਠੀਕ ਹੈ ਦੋਸਤੋ ਤੁਸੀਂ ਇਹਨੂੰ ਬਾਈ ਹੈਂਡ ਵੀ ਪਹੁੰਚਾ ਸਕਦੇ ਹੋ 12 ਸਪਟੰਬਰ ਤੋਂ ਪਹਿਲਾਂ ਪਹਿਲਾਂ ਸ਼ਾਮ 3 ਵਜੇ ਜਾਂ ਫਿਰ ਤੁਸੀਂ ਡਾਕ ਰਾਹੀਂ ਵੀ ਭੇਜ ਸਕਦੇ ਹੋ ਦੋਸਤੋ ਇਹਨਾਂ ਨੇ ਸਾਫ਼ ਲਿਖਿਆ ਹੋਇਆ ਹੈ ਕਿ ਸਮੇਤ ਲੋੜੀਂਦੇ ਦਸਤਾਵੇਜ਼ ਮਤਲਬ ਕਿ ਤੁਹਾਡੇ ਜਿੰਨੇ ਵੀ ਕੁਆਲਿਫੀਕੇਸ਼ਨ ਦੇ ਅਕੋਰਡਿੰਗ ਸਰਟੀਫਿਕੇਟ ਹੈ ਉਹ ਬਿਲਕੁਲ 셀ਫ ਅਟੈਸਟਡ ਕਰਕੇ ਤੁਸੀਂ ਭੇਜਨੇ ਆ ਕੋਈ ਵੀ ਗਲਤੀ ਨਹੀਂ ਕਰਨੀ ਹੈ ਨਹੀਂ ਤਾਂ ਤੁਹਾਡਾ ਜਿਹੜਾ ਫਾਰਮ ਹੈ ਉਹ ਰਿਜੈਕਟ ਹੋ ਜਾਏਗਾ ਠੀਕ ਹੈ ਕਾਲਜ ਤੁਹਾਨੂੰ ਪਤਾ ਹੈ ਦੋਸਤੋ ਆਪਣੇ ਪਟਿਆਲਾ ਵਿਖੇ ਹੈ ਠੀਕ ਹੈ ਯੂਨੀਵਰਸਿਟੀ ਕਾਲਜ ਬਰਨਾਲਾ ਠੀਕ ਹੈ ਉਪਰੋਕਤ ਅਸਾਮੀਆਂ ਦੀ ਚੋਣ ਪੂਰੀ ਤਰ੍ਹਾਂ ਮੈਰਿਟ ਅਤੇ ਅਰਜੀ ਅਧਾਰਤੇ ਹੋਵੇਗੀ ਠੀਕ ਹੈ ਤੁਹਾਡੀ ਮੈਰਿਟ ਬਣੇਗੀ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਹੈ ਇੰਟਰਵਿਊ ਲਈ ਬੁਲਾਇਆ ਜਾਏਗਾ ਜਾਂ ਫਿਰ ਤੁਹਾਨੂੰ ਸਿੱਧਾ ਡਾਇਰੈਕਟ ਦੋਸਤੋ ਤੁਹਾਡੀ ਕੁਆਲਿਫੀਕੇਸ਼ਨ ਦੇ ਅਕੋਰਡਿੰਗ ਤੁਹਾਡੀ ਮੈਰਿਟ ਬਣਾ ਕੇ ਤੁਹਾਡੀ ਸਿਲੈਕਸ਼ਨ ਕਰ ਦਿੱਤੀ ਜਾਵੇਗੀ ਦੋਸਤੋ ਜਲਦੀ ਤੋਂ ਜਲਦੀ ਇਹਨੂੰ ਫਾਰਮ ਨੂੰ ਭੇਜ ਦਿਓ ਕਿਉਂਕਿ ਕਰੋਨਾ ਵਾਇਰਸ ਦੇ ਕਰਕੇ ਦੋਸਤੋ ਜਿਹੜੇ ਡਾਕ ਹੈ ਉਹ ਬਹੁਤ ਹੀ ਦੇਰ ਬਾਅਦ ਪਹੁੰਚਦੀ ਹੈ ਠੀਕ ਹੈ 12 ਸਪਟੈਂਬਰ ਦੁਪਹਿਰ 3 ਵਜੇ ਤੋਂ ਪਹਿਲਾਂ-ਪਹਿਲਾਂ ਤੁਹਾਡੇ ਡਾਕੂਮੈਂਟ ਪਹੁੰਚ ਜਾਣੇ ਚਾਹੀਦੇ ਬਿਲਕੁਲ ਵੀ ਦੇਰੀ ਨਾ ਕਰੋ ਅੱਜ ਹੀ ਇਹਨੂੰ ਭਰ ਦਿਓ ਕੋਈ ਵੀ ਫੀਸ ਪੇ ਨਹੀਂ ਕਰਨੀ ਹੈ ਜਲਦੀ ਤੋਂ ਜਲਦੀ ਇਹਨੂੰ ਭਰ ਦਿਓ ਠੀਕ ਹੈ ਜੇਕਰ ਤੁਸੀਂ ਐਲੀਜੀਬਲ ਹੋਮ ਬੇਕਰ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਤੁਹਾਨੂੰ ਕੋਈ ਡਾਊਟ ਹੈ ਤਾਂ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਮੈਨੂੰ ਜਰੂਰ ਦੱਸੋ ਤਾਂ ਕਿ ਤੁਹਾਡੇ ਸਾਰੇ ਕਮੈਂਟਸ ਮੈਂ ਪੜ ਸਕਾਂ ਤੇ ਤੁਹਾਡੇ ਡਾਊਟ ਤੋਂ ਕਲੀਅਰ ਕਰਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗਾ ਠੀਕ ਹੈ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਜਿੰਨੇ ਵੀ ਤੁਹਾਡੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਉਥੇ ਇਸ ਵੀਡੀਓ ਦੇ ਲਿੰਕ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਠੀਕ ਹੈ ਤਾਂ ਕਿ ਸਾਰੇ ਇਸ ਵੈਕੈਂਸੀ ਦਾ ਦੋਸਤੋ ਫਾਇਦਾ ਚੱਕ ਸਕਣ ਤੇ ਇੱਕ ਲਾਈਕ ਜ਼ਰੂਰ ਕਰ ਦਿਓ ਠੀਕ ਹੈ ਮਿਲਦੇ ਆਂ ਦੋਸਤੋ ਨੈਕਸਟ ਵੀਡੀਓ ਵਿੱਚ ਗੁੱਡ ਬlesਸ ਯੂ ਟੇਕ ਕੇਅਰ